ਵੀਡੀਓ ਵੇਖਦੇ ਸਾਰੇ ਸਬਸਕ੍ਰਾਈਬਰਾਂ ਨੂੰ ਅਤੇ ਚੈਨਲ ਤੇ ਪਹਿਲੀ ਵਾਰ ਆਏ ਨਵੇਂ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਤੁਹਾਨੂੰ ਜਾਣਕਾਰੀ ਦੇਣ ਜਾ ਰਹੇ ਹਾਂ ਪੰਜਾਬ ਪੁਲਿਸ ਕਰੈਕਟਰ ਸਰਟੀਫਿਕੇਟ ਹੁੰਦਾ ਕੀ ਹੈ ਕਿੱਥੋਂ ਬਣਦਾ ਇਹ ਸਰਟੀਫਿਕੇਟ ਹੁਣ ਕਿਹੜੇ-ਕਿਹੜੇ ਕੰਮਾਂ ਦੇ ਲਈ ਜ਼ਰੂਰੀ ਕਰ ਦਿੱਤਾ ਗਿਆ ਤੁਹਾਨੂੰ ਪੂਰੀ ਜਾਣਕਾਰੀ ਜਿਹੜੀ ਹੈ ਇਸ ਵੀਡੀਓ ਵਿੱਚ ਸਹੀ ਤੇ ਸਪਸ਼ਟ ਤੌਰ ਤੇ ਦੇਣ ਜਾ ਰਿਹਾ ਚੈਨਲ ਤੇ ਪਹਿਲੀ ਵਾਰ ਆਇਓ ਤਾਂ ਕਿਰਪਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤਾਂ ਜੋ ਤੁਹਾਨੂੰ ਤੁਹਾਡੀ ਲਾਈਫ ਦੇ ਰਿਲੇਟਡ ਤੁਹਾਡੀ ਬੱਚਿਆਂ ਦੀ ਵਾਈਫ ਤੇ ਰਿਲੇਟਡਸ ਠੀਕ ਆ ਸੋ ਪੂਰੀ ਜਾਣਕਾਰੀ ਜਿਹੜੀ ਆ ਤੁਹਾਨੂੰ ਅਸੀਂ ਇਸ ਵੀਡੀਓ ਵਿੱਚ ਦੇਣ ਜਾ ਰਹੇ ਆ ਸੋ ਪੰਜਾਬ ਪੁਲਿਸ ਕੈਰੈਕਟਰ ਸਰਟੀਫਿਕੇਟ ਹੁੰਦਾ ਕੀ ਆ ਦੇਖੋ ਕਿ ਪੀਸੀਸੀ ਜਿਹੜੀ ਹੁੰਦੀ ਹੈਗੀ ਆ ਉਹ ਤਾਂ ਹੁੰਦੀ ਹੈ ਕਿ ਪੁਲਿਸ ਕਲੀਅਰੈਂਸ ਸਰਟੀਫਿਕੇਟ ਪਰ ਇਹਦੇ ਵਿੱਚ ਕੀ ਹੋ ਜਾਂਦਾ ਹੈਗਾ ਪੰਜਾਬ ਪੁਲਿਸ ਕੈਰੈਕਟਰ ਸਰਟੀਫਿਕੇਟ PCC ਦਾ ਕੰਮ ਹੋਰ ਹੁੰਦਾ ਪੰਜਾਬ ਪੁਲਿਸ ਕੈਰੈਕਟਰ ਸਰਟੀਫਿਕੇਟ ਦਾ ਕੰਮ ਹੋਰ ਹੁੰਦਾ ਪੰਜਾਬ ਪੁਲਿਸ ਕੈਰੈਕਟਰ ਸਰਟੀਫਿਕੇਟ ਅੱਜ ਦੀ ਡੇਟ ਵਿੱਚ ਦੋਸਤੋ ਕਿਸੇ ਵੀ ਕੰਪਨੀ ਵਿੱਚ ਤੁਸੀਂ ਗਵਰਨਮੈਂਟ ਜੋਬ ਕਰਨ ਜਾਂਦੇ ਹੋ ਜਾਂ ਫਿਰ ਤੁਸੀਂ ਕਿਤੇ ਪ੍ਰਾਈਵੇਟ ਜੋਬ ਕਰਨ ਜਾਂਦੇ ਹੋ ਜਾਂ ਫਿਰ ਤੁਸੀਂ ਅੱਜ ਦੀ ਡੇਟ ਵਿੱਚ ਕੋਈ ਰੈਲੀ ਭਰਤੀ ਦੇਖਣ ਜਾਂਦੇ ਹੈਗੇ ਹੋ ਸੋ ਉੱਥੇ ਤੁਹਾਡੇ ਕੋਲੋਂ ਅੱਜ ਦੀ ਡੇਟ ਵਿੱਚ ਪੰਜਾਬ ਪੁਲਿਸ ਕੈਰੈਕਟਰ ਸਰਟੀਫਿਕੇਟ ਜਿਹੜਾ ਮੰਗਿਆ ਜਾ ਰਿਹਾ ਪੰਜਾਬ ਪੁਲਿਸ ਕੈਰੈਕਟਰ ਸਰਟੀਫਿਕੇਟ ਨੂੰ ਬਣਾਉਣ ਵਾਸਤੇ ਦੋਸਤੋ ਤੁਹਾਨੂੰ ਆਪਣੇ ਨੇੜੇ ਦੇ ਡਿਸਟ੍ਰਿਕਟ ਡਿਸਟ੍ਰਿਕਟ ਪੁਲਿਸ ਸਟੇਸ਼ਨ ਤੇ ਜਾਣਾ ਹੁੰਦਾ ਡਿਸਟ੍ਰਿਕਟ ਲੈਵਲ ਦਾ ਜਿਹੜਾ ਸਾਂਝ ਕੇਂਦਰ ਹੁੰਦਾ ਸਿਰਫ ਉੱਥੋਂ ਹੀ ਤੁਸੀਂ ਆਪਣਾ ਪੰਜਾਬ ਪੁਲਿਸ ਕੈਰੈਕਟਰ ਸਰਟੀਫਿਕੇਟ ਜਿਹੜਾ ਆ ਸਾਂਝ ਕੇਂਦਰ ਵਿੱਚੋਂ ਬਣਵਾ ਸਕਦੇ ਹੈਗੇ ਉਹ ਇਸ ਨੂੰ ਅਪਲਾਈ ਕਰਨ ਦੇ ਕਿਹੜੇ-ਕਿਹੜੇ ਪ੍ਰੂਫ ਲੱਗਣਗੇ ਉਹਦੇ ਬਾਰੇ ਹੁਣ ਅਸੀਂ ਤੁਹਾਨੂੰ ਜਾਣਕਾਰੀ ਦਿੰਨੇ ਆ ਇਸ ਨੂੰ ਅਪਲਾਈ ਕਰਨ ਵਾਸਤੇ ਦੋਸਤੋ ਤੁਹਾਡਾ ਇੱਕ ਰਿਹਾਇਸ਼ੀ ਸਰਟੀਫਿਕੇਟ ਹੋਣਾ ਚਾਹੀਦਾ ਆ ਜਿਹੜਾ ਕਿ ਤੁਸੀਂ ਆਪਣਾ ਆਧਾਰ ਕਾਰਡ ਪ੍ਰੂਫ ਵੀ ਲਗਾ ਸਕਦੇ ਹੈਗੇ ਹੋ ਆਪਣਾ ਜਨਮ ਸਰਟੀਫਿਕੇਟ ਵੀ ਅਟੈਚਮੈਂਟ ਕਰ ਸਕਦੇ ਹੋ ਆਪਣਾ ਵੋਟਰ ਕਾਰਡ ਵੀ ਲਗਾ ਸਕਦੇ ਹੋ ਆਪਣਾ ਤੁਸੀਂ ਡਰਾਈਵਿੰਗ ਲਾਇਸੈਂਸ ਵੀ ਲਗਾ ਸਕਦੇ ਹੋ ਚਾਹੇ ਤੁਸੀਂ ਆਪਣਾ ਪਾਸਪੋਰਟ ਵੀ ਲਗਾ ਸਕਦੇ ਹੋ ਇਹ ਤਾਂ ਹੋ ਗਿਆ ਰਿਹਾਈਸ਼ੀ ਪ੍ਰੂਫ ਬਾਕੀ ਤੁਹਾਡਾ ਜਨਮ ਤਰੀਕ ਦਾ ਪ੍ਰੂਫ ਜਿਹੜਾ ਆ ਉਹ ਲੱਗਦਾ ਹੈ ਜਨਮ ਤਰੀਕ ਦਾ ਪ੍ਰੂਫ ਵੀ ਤੁਸੀਂ ਇਨ੍ਹਾਂ ਪ੍ਰੂਫਾਂ ਵਿੱਚੋਂ ਕੋਈ ਇੱਕ ਪ੍ਰੂਫ ਲਗਾ ਸਕਦੇ ਹੋ ਅਤੇ ਤੁਹਾਡੀਆਂ ਚਾਰ ਲੇਟੈਸਟ ਪਾਸਪੋਰਟ ਸਾਈਜ਼ ਫੋਟੋਆਂ ਜੋ ਕਿ ਬੈਕਗ੍ਰਾਉਂਡ ਵਾਈਟ ਹੋਣੀ ਚਾਹੀਦੀ ਆਨੇ ਤੇ 90% ਜਿਹੜੀ ਫੋਟੋ ਤੁਹਾਡੀ ਉਹ ਹੋਣੀ ਚਾਹੀਦੀ ਹੈ 90% ਫੇਸ ਠੀਕ ਹੈ ਸੋ ਇਹ ਪ੍ਰੂਫ ਲੈ ਕੇ ਤੁਸੀਂ ਆਪਣੇ ਨੇੜੇ ਦੇ ਡਿਸਟ੍ਰਿਕਟ ਲੈਵਲ ਸਾਂਝ ਕੇਂਦਰ ਵਿੱਚ ਚਲੇ ਜਾਣਾ ਹੈਗਾ ਉੱਥੇ ਜਾ ਕੇ ਤੁਸੀਂ ਆਪਣੇ ਇਹ ਸਾਰੇ ਪ੍ਰੂਫ ਜਿਹੜੇ ਆ ਉਹਨਾਂ ਨੂੰ ਦਿਖਾਣੇ ਉਹਨਾਂ ਨੂੰ ਕਹਿਣਾ ਕਿ ਜੀ ਅਸੀਂ ਪੰਜਾਬ ਪੁਲਿਸ ਕੈਰੈਕਟਰ ਸਰਟੀਫਿਕੇਟ ਅਪਲਾਈ ਕਰਨਾ ਦੋਸਤੋ ਇਹ ਜਿਹੜਾ ਹੈਗਾ ਆ ਇਹ ਸਿਰਫ ਤੇ ਸਿਰਫ ਸਾਂਝ ਕੇਂਦਰਾਂ ਵਿੱਚ ਹੀ ਅਪਲਾਈ ਹੁੰਦਾ ਇਸ ਨੂੰ ਅਪਲਾਈ ਕਰਨ ਤੋਂ ਬਾਅਦ ਤੁਹਾਨੂੰ 2 ਜਾਂ 3 ਦਿਨਾਂ ਦੇ ਵਿੱਚ ਪੰਜਾਬ ਪੁਲਿਸ ਕੈਰੈਕਟਰ ਸਰਟੀਫਿਕੇਟ ਦਿੱਤਾ ਜਾਂਦਾ ਹੈ ਜਿਹੜੀ PCC ਹੁੰਦੀ ਆ ਉਹਦੇ ਬਾਰੇ ਵੀ ਅਸੀਂ ਜਾਣਕਾਰੀ ਤੁਹਾਨੂੰ ਦਿੱਤੀ ਹੋਈ ਆ ਜੇਕਰ ਤੁਸੀਂ ਸਾਡੀਆਂ ਪਹਿਲੇ ਵਾਲੀਆਂ ਵੀਡੀਓ ਨਹੀਂ ਦੇਖੀਆਂ ਤਾਂ ਤੁਹਾਨੂੰ ਬੇਨਤੀ ਆ ਉਹ ਵੀਡੀਓ ਤੁਸੀਂ ਜ਼ਰੂਰ ਦੇਖੋ ਉਹਦੇ ਵਿੱਚ ਤੁਹਾਨੂੰ ਜਾਣਕਾਰੀ ਮਿਲ ਜਾਏਗੀ ਕਿ PCC ਤੇ ਆ ਪੁਲਿਸ ਕੈਰੈਕਟਰ ਸਰਟੀਫਿਕੇਟ ਵਿੱਚ ਕੀ ਡਿਫਰੈਂਸ ਹੈਗਾ ਸੋ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਮਿਲਾਂਗੇ ਆਪਣੀ ਨੈਕਸਟ ਵੀਡੀਓ ਵਿੱਚ ਹੋਰ ਇੱਕ ਨਵੀਂ ਜਾਣਕਾਰੀ ਨਾਲ ਧੰਨਵਾਦ